ਵੇਖੋ ਕਿਵੇਂ ਮਾਲਕ ਦੀਆਂ ਅੱਖਾਂ ਸਾਹਮਣੇ ਸੜ ਗਈਆਂ। ਦੋ ਕਾਰਾਂ ਖੜੀਆਂ, ਕਾਰਾਂ ਵਿੱਚ ਅਚਾਨਕ ਲੱਗ ਗਈ ਅੱਗ। ਰੋਲਾ ਪਾਉਣ ਤੇ ਵੀ ਕਿਸੇ ਨੇ ਨਹੀਂ ਕੀਤੀ ਮਦਦ। ਦੱਸਦੇ ਕਿ ਦੋ ਕਾਰਾਂ ਦੇ ਸੜਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਅਤੇ ਜਦੋਂ ਕਾਰ ਦੇ ਮਾਲਕ ਨੂੰ ਇਸ ਸੰਬੰਧੀ ਪਤਾ ਲੱਗਦਾ ਹੈ ਤਾਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਚੀਕਾਂ ਵੀ ਮਾਰਦਾ ਹੈ, ਪਰ ਉਸਦੀ ਮਦਦ ਕਰਨ ਲਈ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲਦਾ ਤੇ ਦੇਖਦੇ ਹੀ ਦੇਖਦੇ ਉਸਦੀਆਂ ਕਾਰਾਂ ਅੱਖਾਂ ਸਾਹਮਣੇ ਸੜ ਜਾਂਦੀਆਂ ਨੇ। ਇਸ ਸੰਬੰਧੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਦੱਸਦੇ ਕਿ ਮਾਮਲਾ ਨਵਾਂ ਸ਼ਹਿਰ ਦਾ, ਜਿੱਥੇ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਬਾਹਰ ਦੋ ਗੱਡੀਆਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਡੈਂਟਿੰਗ ਪੇਂਟਿੰਗ ਦਾ ਕੰਮ ਕਰਨ ਵਾਲੇ ਦੁਕਾਨਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਅਚਾਨਕ ਸ਼ਟਰ ਦੇ ਵਿੱਚੋਂ ਅੱਗ ਦੀਆਂ ਲਪਟਾਂ ਦੇਖੀਆਂ, ਜਿਸ ਤੋਂ ਬਾਅਦ ਉਸਨੇ ਸ਼ਟਰ ਚੱਕ ਕੇ ਦੇਖਿਆ ਤਾਂ ਸੈਂਟਰੋ ਕਾਰ ਦੇ ਵਿੱਚ ਅੱਗ ਲੱਗ ਚੁੱਕੀ ਸੀ। ਫਿਰ ਉਸਨੇ ਚੀਕਾਂ ਮਾਰੀਆਂ ਪਰ ਧੁੰਦ ਦੇ ਕਾਰਨ ਕੋਈ ਵੀ ਬਾਹਰ ਨਹੀਂ ਆਇਆ ਤੇ ਇਸੇ ਦੌਰਾਨ ਦੂਸਰੀ ਕਾਰ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ। ਦੁਕਾਨਦਾਰ ਨੇ ਕਿਹਾ ਕਿ 38 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਉਸਨੂੰ ਇਸ ਕੰਮ ਦੇ ਵਿੱਚ, ਪਰ ਅੱਜ ਤੱਕ ਅਜਿਹਾ ਕੋਈ ਵੀ ਹਾਦਸਾ ਨਹੀਂ ਹੋਇਆ ਜਿਸ ਕਰਕੇ ਉਸਨੂੰ ਕਿਸੇ ਤੇ ਸ਼ੱਕ ਹੈ। ਤਾਂ ਦੱਸ ਦਈਏ ਕਿ ਦੋ ਕਾਰਾਂ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ, ਮਾਲਕ ਵੱਲੋਂ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਉਸਦੀਆਂ ਅੱਖਾਂ ਸਾਹਮਣੇ ਇਹ ਦੋਨੇ ਕਾਰਾਂ ਸੜ ਜਾਂਦੀਆਂ ਨੇ। ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ। ਤਾਂ ਦੱਸ ਦੇ ਕਿ ਮਾਮਲਾ ਨਵਾਂ ਸ਼ਹਿਰ ਦਾ, ਜਿੱਥੇ ਦੋ ਖੜੀਆਂ ਕਾਰਾਂ ਦੇ ਵਿੱਚ ਅਚਾਨਕ ਅੱਗ ਲੱਗੀ ਹੈ। ਮੈਂ ਸੁਖਦੇਵ ਸਿੰਘ, ਵਿਸ਼ਕਰਮਾ ਟੈਂਡਿੰਗ ਵਾਲੇ, ਔਰ ਸਾਡੇ ਇਹ ਕੀ ਗੱਲ ਹੋ ਗਈ ਹੁਣ ਜਿਹੜੀ ਹਾਦਸਾ ਹੋ ਗਿਆ? ਕੁਛ ਦੇਰ ਪਹਿਲਾਂ ਮਤਲਬ ਮੈਂ ਉੱਠ ਕੇ ਦੇਖਿਆ ਤੇ ਬਾਹਰ ਕੁਛ ਵੀ ਹੈ ਨਾ ਸੀਗਾ। ਮੈਂ ਉੱਠ ਕੇ ਆਪਣੇ ਮੰਜੇ ਤੇ ਪੈ ਗਿਆ ਤੇ ਬਾਹਰ ਮੈਨੂੰ ਕੁਛ ਸਮੇਂ ਬਾਅਦ ਲਾਈਟ ਤੇ ਨਜ਼ਰ ਆਈ, ਜਿੱਦਾਂ ਕੋਈ ਮਤਲਬ ਰੁਕਿਆ ਹੁੰਦਾ। ਜਦ ਮੈਂ ਸ਼ਟਰ ਚੁੱਕਿਆ ਤਾਂ ਗੱਡੀ ਸੈਂਟਰੋ ਦੇ ਡੈਸ਼ਬੋਰਡ ਦੇ ਉੱਪਰ ਅੱਗ ਦੀਆਂ ਲਾਈਟਾਂ ਨਿਕਲ। ਜਦ ਮੈਂ ਬਾਹਰ ਨਿਕਲ ਕੇ ਰੌਲਾ ਪਾਇਆ, ਮੈਨੂੰ ਕੁਛ ਨਹੀਂ ਨਜ਼ਰ ਆਇਆ, ਧੁੰਦ 'ਚ ਕੋਈ ਗੱਡੀ ਵਾਲਾ ਰੁਕਿਆ ਨਹੀਂ। ਫਿਰ ਕੋਈ ਮੁੰਡੇ ਰੁਕੇ ਆ, ਫਿਰ ਉਹਨਾਂ ਨੇ ਨਾਲ ਹੋ ਕੇ ਕਾਰਵਾਈ ਕਰਵਾਈ, ਜਿਹਦੇ ਵਿੱਚ ਦੋ ਗੱਡੀਆਂ ਨੁਕਸਾਨ ਹੋ ਗਿਆ, ਤੁਹਾਡਾ 2.5-3 ਲੱਖ ਦਾ ਹੋ ਗਿਆ। ਕੋਈ ਅੱਗ ਦਾ ਕਾਰਨ? ਅੱਗਲਾ ਕਾਰਨ ਕਿਸੇ ਦੀ ਸ਼ਰਾਰਤਬਾਜ਼ੀ ਹੋ ਸਕਦੀ ਆ, ਕਿਉਂਕਿ ਇੰਨੇ ਸਾਲਾਂ ਮੈਂ 38 ਸਾਲ ਤੋਂ ਇੱਥੇ ਔਡ ਦੇ ਵਿੱਚ ਕਰ ਰਿਹਾ ਦੁਕਾਨ ਦਾ, ਕੋਈ ਕਿਸੇ ਦਾ ਕੋਈ ਲਾਗੜਾ ਨਹੀਂ, ਕੋਈ ਕੁਛ ਨਹੀਂ ਹੈਗੀ, ਪਰ ਇਹਦੇ ਵਿੱਚ ਸ਼ਰਾਰਤਬਾਜ਼ੀ ਹੈ ਕਿਉਂਕਿ ਸਾਡੇ ਕੰਮ ਨੂੰ ਝੱਲਦੇ ਨੇ, ਵੀ ਸਾਡੇ ਕੰਮ ਲਗਾਤਾਰ ਚੱਲਦੇ ਹੁਣ। ਸ਼ੱਕ ਹੁਣ ਕਿਸੇ 'ਤੇ ਇੱਦਾਂ ਕਹਿ ਸਕਦੇ ਹੈ ਵੀ ਆਪਣੇ ਆਪ ਲੱਗ ਨਹੀਂ ਸਕਦੇ। ਅਸੀਂ ਇੱਥੇ 22 ਪੁਆਇੰਟ ਔਡ ਮੌਜੂਦ ਸੀਗੇ,
ਉੱਥੇ ਸਾਨੂੰ ਪਤਾ ਲੱਗਾ ਵੀ ਗੱਡੀ ਨੂੰ ਅੱਗ ਲੱਗ ਗਈ। ਜਦੋਂ ਅਸੀਂ ਮੌਕੇ 'ਤੇ ਆ ਕੇ ਦੇਖਿਆ ਤਾਂ ਸੈਂਟਰੋਂ ਗੱਡੀ ਨੂੰ ਅੱਗ ਲੱਗੀ ਹੋਈ ਸੀ, ਨਾਲ ਉਹਦੇ ਇੱਕ ਮਰੂਤੀ ਖੜੀ ਹੈ। ਜਦੋਂ ਅਸੀਂ ਦੇਖਿਆ ਆ ਕੇ ਅਤੇ ਅੱਗ ਕਾਫੀ ਸੈਂਟਰੋਂ ਨੂੰ ਫੈਲੀ ਹੋਈ ਸੀਗੀ, ਅਸੀਂ ਨਾਲ ਉਹਨਾਂ ਦੀ ਹੈਲਪ ਕਰਕੇ ਇਹਨੂੰ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਔਰ ਫਾਇਰ ਬ੍ਰਿਗੇਡ ਨੂੰ ਵੀ ਕਾਲ ਕੀਤੀ, ਉਹ ਵੀ ਮੌਕੇ 'ਤੇ ਆ ਗਏ ਅਤੇ ਹੋਰ ਲੋਕ ਆਉਂਦੇ ਜਾਂਦੇ ਗੱਡੀਆਂ ਰੋਕੀਆਂ ਅਤੇ ਅਸੀਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਅਤੇ ਬਾਅਦ 'ਚ ਇਹਨਾਂ ਨੂੰ ਪਤਾ ਕੀਤਾ, ਸੁਖਦੇਵ ਸਿੰਘ ਦੇ ਕੋਲ ਦੱਸਿਆ ਵੀ ਬੈਟਰੀ ਇੱਕ ਗੱਡੀ ਵਿੱਚ ਮਰੂਤੀ 'ਚ ਹੈ ਨਹੀਂ ਸੀ, ਉਹ ਸੈਂਟਰੋ ਦੇ ਵਿੱਚ ਬੈਟਰੀ ਸੀਗੀ, ਉਹ ਥੋੜ੍ਹਾ ਜਿਹਾ ਸ਼ਾਰਟ ਸਰਕਟ ਦੇ ਨਾਲ ਵੀ ਇਹ ਹਾਦਸਾ ਵਾਪਰਿਆ। ਦੁਕਾਨਦਾਰ ਵੱਲੋਂ ਕਹਿ ਰਿਹਾ ਉਹ ਸ਼ੱਕ ਜਿਤਾ ਰਿਹਾ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ, ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ? ਉਹ ਸਵੇਰੇ ਅਸੀਂ ਦੇਖ ਲੈਂਦੇ, ਉਹਨੂੰ ਵੈਰੀਫਾਈ ਕਰ ਲੈਂਦੇ, ਕੋਈ ਸ਼ੱਕ ਹੋਇਆ ਤਾਂ ਜੋ ਜਿਹਨੂੰ ਜਿਹਦੇ ਵੀ ਸ਼ੱਕ ਕਰਨਗੇ ਉਹਨੂੰ ਅਸੀਂ ਵੈਰੀਫਾਈ ਕਰਾਂਗੇ। ਬੇਸਿਕਲੀ ਜਿਹੜੀ ਬੈਟਰੀ ਵਿੱਚ ਸੀ, ਹੋ ਸਕਦਾ ਇਹ ਵੀ ਪੋਸੀਬਲ ਆ ਕਿ ਹੋ ਸਕਦਾ ਜੇ ਕੋਈ ਸ਼ੱਕ ਵੀ ਕਹਿੰਦੇ ਆ ਤਾਂ ਉਸ ਚੀਜ਼ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ।